ਸਤਿ ਸ਼੍ਰੀ ਅਕਾਲ ਦੋਸਤੋ, ਨਿਊਜ਼ੀਲੈਂਡ 'ਚ ਵੱਸਦੇ ਸਾਥੀਓ, ਮਾਣਯੋਗ ਬਜ਼ੁਰਗੋ, ਵੀਰੋ ਅਤੇ ਭੈਣੋ, ਪੰਜਾਬ ਪੰਜਾਬੀਅਤ ਅਤੇ ਇਨਸਾਨੀਅਤ ਦੀ ਆਵਾਜ਼, ਨੌਜਵਾਨ ਦਿਲਾਂ ਦੀ ਧੜਕਣ, ਹਰ ਇੱਕ ਮਜ਼ਲੂਮ ਦੀ ਆਵਾਜ਼, ਇੱਕ ਇਮਾਨਦਾਰ ਇਨਸਾਨ ਅਤੇ ਪੰਜਾਬੀ, ਅਸੀਂ ਲੈ ਕੇ ਆ ਰਹੇ ਹਾਂ। ਜੀ ਹਾਂ, ਗੱਲ ਕਰ ਰਿਹਾ ਹਾਂ ਭਗਵੰਤ ਮਾਨ ਦੀ, ਜਿਹੜਾ ਕਿ ਤੁਹਾਡੇ ਨਾਲ ਰੂਬਰੂ ਹੋਣ ਆ ਰਹੇ ਨੇ ਨਿਊਜ਼ੀਲੈਂਡ ਵਿੱਚ। ਨਵੰਬਰ ਮਹੀਨੇ ਦੀ 20 ਅਤੇ 21 ਤਾਰੀਕ ਫਿਕਸ ਕਰ ਦਿੱਤੀ ਗਈ ਹੈ। 20 ਤਰੀਕ ਨੂੰ ਫਰਾਈਡੇ ਨੂੰ ਹੈਮਿਲਟਨ ਵਿਖੇ ਵਿਨਟੈਕ ਦੇ ਐਟਰੀਅਮ ਵਿੱਚ ਮੀਟ ਐਂਡ ਗ੍ਰੀਟ, ਅਤੇ 21 ਤਰੀਕ ਨੂੰ ਸ਼ਨੀਵਾਰ ਨੂੰ ਵੋਡਾਫੋਨ ਇਵੈਂਟ ਸੈਂਟਰ ਵਿਖੇ ਭਗਵੰਤ ਮਾਨ ਲਾਈਵ ਸ਼ੋਅ ਅਸੀਂ ਲੈ ਕੇ ਆ ਰਹੇ ਹਾਂ ਤੁਹਾਡੇ ਲਈ, ਜਿਸ ਦੇ ਵਿੱਚ ਭਗਵੰਤ ਮਾਨ ਜੀ ਆਪਣੇ ਦਿਲ ਦਾ ਦਰਦ ਤੁਹਾਡੇ ਅੱਗੇ ਰੱਖਣਗੇ ਆਪਣੇ ਸਟਾਈਲ 'ਚ, ਆਪਣੇ ਅੰਦਾਜ਼ 'ਚ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਜਾਗਰੂਕ ਹੋ ਉੱਠਿਆ ਹੈ, ਲੇਕਿਨ ਅਜੇ ਵੀ ਬਹੁਤ ਕੁਛ ਕਰਨਾ ਬਾਕੀ ਹੈ, ਲੇਕਿਨ ਬਾਕੀ ਗੱਲਾਂ ਤੁਹਾਨੂੰ ਉਹ ਆਪ ਖੁਦ ਮਿਲ ਕੇ ਕਰਨਗੇ। ਭਗਵੰਤ ਮਾਨ ਜੀ ਸਾਰਿਆਂ ਦੇ ਦਿਲਾਂ 'ਚ ਵੱਸਦੇ ਨੇ, ਔਰ ਇਹ ਸਿਰਫ ਸ਼ੋਅ ਤੱਕ ਰਿਸਟ੍ਰਿਕਟਡ ਨਹੀਂ ਰਹਿਣਗੇ। ਇਸ ਲਈ ਅਸੀਂ ਲੈ ਕੇ ਆ ਰਹੇ ਹਾਂ ਸਪੈਸ਼ਲ ਪੈਕੇਜ, ਸਪੈਸ਼ਲ ਅਨਾਊਂਸਮੈਂਟ ਰੇਡੀਓ ਸਪਾਈਸ ਦੇ ਰਾਹੀਂ ਅਤੇ ਕੀਵੀ ਟੀਵੀ ਰਾਹੀਂ। ਉਸ ਸਪੈਸ਼ਲ ਅਨਾਊਂਸਮੈਂਟ ਲਈ ਦੇਖਦੇ ਰਹੋ ਕੀਵੀ ਟੀਵੀ ਔਰ ਸੁਣਦੇ ਰਹੋ ਰੇਡੀਓ ਸਪਾਈਸ।